ਸ਼ਹਿਰ ਅੰਦਰ ਉਸ ਸਮੇਂ ਹੰਗਾਮਾ ਖੜਾ ਹੋ ਗਿਆ ਜਦੋਂ ਲੜਕੀ ਵਾਲਿਆਂ ਨੂੰ ਵਿਆਹ ਕਰਨ ਤੋਂ ਲੜਕੇ ਦੇ ਪਿਤਾ ਸਕੂਲ ਮਾਸਟਰ ਨੇ ਜਵਾਬ ਦੇ ਦਿੱਤਾ, ਜਿਸ ਨੂੰ ਲੈ ਕੇ ਲੜਕੀ ਵਾਲਿਆਂ ਨੇ ਸ਼ਹਿਰ ਅੰਦਰ ਰੋਸ ਮਾਰਚ ਕਰਕੇ ਅੰਦਰਲੇ ਬੱਸ ਸਟੈਂਡ ਵਿਖੇ ਟ੍ਰੈਫਿਕ ਜਾਮ ਕੀਤਾ। ਲੜਕੀ ਦੇ ਪਿਤਾ ਕਸਤੂਰੀ ਲਾਲ ਪਿੰਡ ਬਰੀਵਾਲਾ ਜ਼ਿਲ੍ਹਾ ਮੁਕਤਸਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਨੇ ਆਪਣੀ ਲੜਕੀ ਦਾ ਵਿਆਹ ਕੁਲਦੀਪ ਕੁਮਾਰ ਪੁੱਤਰ ਸ਼ਾਮ ਲਾਲ ਜਿੰਦਰ ਸਰਕਾਰੀ ਮਾਸਟਰ ਤਪਾ ਦੇ ਨਾਲ 16 ਨਵੰਬਰ 2016 ਨੂੰ ਸ਼ਕਤੀ ਪੈਲਸ ਰਾਜਪੁਰਾ ਵਿਖੇ ਵਿਆਹ ਹੋਣਾ ਨਿਸ਼ਚਿਤ ਹੋਇਆ ਸੀ, ਪਰੰਤੂ ਹੁਣ ਸ਼ਾਮ ਲਾਲ ਨੇ ਵਿਆਹ ਤੋਂ ਜਵਾਬ ਦਿੱਤਾ। ਉਹਨਾਂ ਦੱਸਿਆ ਕਿ ਉਹਨਾਂ ਦੀ ਲੜਕੀ ਬਠਿੰਡਾ ਵਿਖੇ ਜਦੋਂ ਦਿਖਾਈ ਗਈ ਸੀ ਤਾਂ ਲੜਕੇ ਦੇ ਮਾਤਾ ਪਿਤਾ ਨੇ ਆਪਣੇ ਲੜਕੇ ਕੁਲਦੀਪ ਕੁਮਾਰ ਨਾਲ ਲੜਕੀ ਦੀ ਗੱਲਬਾਤ ਵੀ ਕਰਾਉਣ ਤੋਂ ਬਾਅਦ ਲੜਕੀ ਨੂੰ ਪਸੰਦ ਕਰਕੇ ਬਾਜ਼ਾਰ ਵਿੱਚੋਂ ਕੱਪੜਾ ਅਤੇ ਹੋਰ ਸਮਾਨ ਦੀ ਵੀ ਖਰੀਦਦਾਰੀ ਕੀਤੀ ਸੀ। ਪੀੜਤ ਨੇ ਦੱਸਿਆ ਕਿ ਜਦੋਂ ਅਸੀਂ ਵਿਆਹ ਸੰਬੰਧੀ ਸ਼ਾਮ ਲਾਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਕੱਤਕ ਦਾ ਮਹੀਨਾ ਅਤੇ ਲੜਕੇ ਦੇ 9 ਨਵੰਬਰ 2016 ਦਾ ਜਨਮਦਿਨ ਹੋਣ ਦਾ ਬਹਾਨਾ ਬਣਾ ਕੇ ਵਿਆਹ ਤੋਂ ਜਵਾਬ ਦੇ ਦਿੱਤਾ। ਲੜਕੀ ਦੇ ਪਿਤਾ ਨੇ ਦੱਸਿਆ ਕਿ ਸ਼ਾਮ ਲਾਲ ਨੇ ਉਹਨਾਂ ਨੂੰ 9 ਨਵੰਬਰ ਨੂੰ 9 ਵਜੇ ਕਹਿ ਕੇ ਜਵਾਬ ਦੇ ਦਿੱਤਾ ਕਿ ਤੁਹਾਡੀ ਲੜਕੀ ਮੇਰੇ ਲੜਕੇ ਦੇ ਪਸੰਦ ਨਹੀਂ ਹੈ। ਇਸੇ ਰੋਸ ਮਾਰਚ ਵਜੋਂ ਲੱਗੇ ਜਾਮ ਵਿੱਚ ਅਚਾਨਕ ਡਿਪਟੀ ਕਮਿਸ਼ਨਰ ਬਰਨਾਲਾ ਭੁਪਿੰਦਰ ਰਾਏ ਅਤੇ ਹਲਕਾ ਇੰਚਾਰਜ ਤਪਾ ਹਸਪਤਾਲ ਵਿਖੇ ਕਿਸੇ ਪ੍ਰੋਗਰਾਮ ਲਈ ਪੁਰਾਣੇ ਬੱਸ ਅੱਡੇ ਤੋਂ ਕਾਰ ਰਾਹੀਂ ਲੰਘ ਰਹੇ ਸਨ ਤਾਂ ਇਕੱਠੇ ਹੋਏ ਹਜੂਮ ਨੇ ਡੀਸੀ ਬਰਨਾਲਾ ਦੀ ਗੱਡੀ ਘੇਰ ਲਈ। ਡੀਸੀ ਬਰਨਾਲਾ ਨੇ ਪੀੜਤ ਪਰਿਵਾਰ ਦੀ ਗੱਲਬਾਤ ਸੁਣਨ ਤੋਂ ਬਾਅਦ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਲਈ SHO ਤਪਾ ਵਿਨੋਦ ਕੁਮਾਰ ਨੂੰ ਹੁਕਮ ਜਾਰੀ ਕੀਤੇ ਨੇ। ਚਾਹ ਪਾਣੀ ਪੀਤਾ ਸਾਡੇ ਨਾਲ ਸ਼ਾਮ ਲਾਲ ਜੀ ਨੇ ਕਿਹਾ ਜੀ ਮੇਰੇ 70 ਬੰਦੇ ਹੋਣਗੇ, 70 ਬੰਦੇ ਹੋਣਗੇ, ਇੱਕ ਤੁਸੀਂ ਰਾਮਪੁਰੇ ਵਿਆਹ ਕਰਨਾ, ਪੰਜਾਬ ਪੈਲਸ ਨਹੀਂ ਕਰਨਾ, ਬਾਕੀ ਜਿਹੜਾ ਮਰਜ਼ੀ ਪੈਲਸ ਕਰ ਲਓ। ਅਸੀਂ ਉਹਨਾਂ ਨੂੰ ਪੁੱਛਿਆ ਜੀ ਸ਼ਕਤੀ ਪੈਲਸ ਕਰ ਲਈਏ, ਕਹਿੰਦੇ ਜੀ ਕਰ ਲਓ। ਅਸੀਂ ਸ਼ਕਤੀ ਪੈਲਸ ਨਾਲ ਗੱਲ ਕਰ ਲਈ, ਅਸੀਂ ਉਹਨੂੰ ਬੁੱਕ ਕਰਾਤਾ, ਅਸੀਂ ਕੈਟਰਿੰਗ ਕਰ ਲਈ, ਅਸੀਂ ਸਭ ਕੁਝ ਕਰ ਲਿਆ। ਸਾਨੂੰ ਕੋਈ ਬਾਅਦ 'ਚ ਕਹਿੰਦੇ ਜੀ ਕੁੜੀ ਵੀ ਸਾਨੂੰ ਦਿਖਾ ਦਿਓ ਦੁਬਾਰਾ, ਅਤੇ ਅਸੀਂ ਕੁੜੀ ਨਾਲ ਲੈ ਜਾਈਏ, ਆਪ ਛੱਪ ਕਰ ਲੈਂਦੇ ਹਾਂ, ਨਾਲੇ ਗੋਲਡ ਵਗੈਰਾ ਵਾਲੇ ਨੱਪ ਵਗੈਰਾ ਆਜੂਗਾ। ਮੈਂ ਕਿਹਾ ਜੀ ਕੁੜੀ ਸਾਡੀ ਕੱਪੜਾ ਮਾਰਕੀਟ 'ਚ, ਆਪਾਂ ਉੱਥੇ ਚੱਲਦੇ ਹਾਂ। ਅਸੀਂ ਕੱਪੜਾ ਮਾਰਕੀਟ ਦੇ ਵਿੱਚ ਆ ਗਏ ਹਾਂ, ਉੱਥੇ ਅਸੀਂ ਕੁੜੀ ਨੂੰ ਬੁਲਾਇਆ, ਕੁੜੀ ਨੇ ਪੈਰੀਆਂ ਤਲਾਏ ਆ ਸ਼ਾਮ ਲਾਲ ਦੇ ਔਰ ਸ਼ਾਮ ਲਾਲ ਦੇ ਮੈਡਮ ਦੇ, ਦੋਨਾਂ ਨੇ ਅਸ਼ੀਰਵਾਦ ਦਿੱਤਾ। ਬਾਅਦ 'ਚ ਅਸੀਂ ਉੱਪਰ ਲੈ ਕੇ ਜਿੱਥੇ ਅਸੀਂ ਬੈਠੇ ਸੀ ਉੱਥੇ 15-20 ਮਿੰਟ ਬੈਠੇ ਰਹੇ ਆ। 15-20 ਮਿੰਟ ਬੈਠਣ ਤੋਂ ਬਾਅਦ 'ਚ ਨੀਚੇ ਆ ਗਏ, ਸਾਨੂੰ ਕਹਿੰਦੇ ਕੁੜੀ ਭੇਜ ਦਿਓ, ਅਸੀਂ ਪਰਚੇਜ਼ ਕਰਨੀ। ਅਸੀਂ ਆਵੇ ਲੈ ਜਾਓ ਕੁੜੀ ਤੁਹਾਡੀ, ਸਾਨੂੰ ਕੋਈ ਦਿੱਕਤ ਹੈ। ਉਸ ਤੋਂ ਬਾਅਦ ਇਹਨਾਂ ਨੇ ਆਪਦੇ ਵੱਟ ਵਰੇਰਾਂ ਦੇ ਕੱਪੜੇ ਖਰੀਦੇ, ਸਾਨੂੰ ਨਹੀਂ ਪਤਾ 1 ਸੂਟ ਖਰੀਦਿਆ, ਸਾਨੂੰ ਨਹੀਂ ਪਤਾ 10 ਖਰੀਦਿਆ, ਸਾਨੂੰ ਨਹੀਂ ਪਤਾ 5 ਖਰੀਦਿਆ। ਉਸ ਤੋਂ ਬਾਅਦ ਇਹ ਕੁੜੀ ਨੂੰ ਲੈ ਗਿਆ ਮੋੜਾਂ ਵਾਲੇ ਦੁਕਾਨ 'ਤੇ, ਕਹਿੰਦੇ ਇੱਥੋਂ ਕੱਪੜਾ ਖਰੀਦਣਾ। ਅਸੀਂ ਆਪਦੇ ਕੰਮ ਲੱਗ ਗਏ, ਇਹ ਆਪਦੇ ਲੱਗ ਗਏ। 15 ਮਿੰਟਾਂ ਬਾਅਦ ਜਿਹੜਾ ਸਾਡਾ ਵਿਚੋਲਾ ਸੀ, ਮੇਰੇ ਸਾਲੇ ਦੀ ਕੁੜੀ ਹੈ, ਉਹ ਕਹਿੰਦੀ ਫੱਫਾ ਜੀ ਕੁੜੀ ਨੂੰ ਛੱਡਣਾ ਕਿੱਥੇ ਛੱਡਦੀ ਹੈ। ਮੈਂ ਕਿਹਾ ਜੀ ਤੇਈ ਭੂਆ ਨਾਲ ਗੱਲ ਕਰ ਲਾ, ਮਾਰਕੀਟ ਉੱਥੇ ਛੱਡ ਦਿਓ। ਉਹ ਤੋਂ ਬਾਅਦ ਇੱਥੇ ਛੱਡ ਕੇ ਚਲੇ ਗਏ। ਸੁਬਹਾ 7 ਵਜੇ ਮੈਂ ਆਪਦੇ ਘਰੇ, ਅਸੀਂ ਸੋਰੀ ਵਿਆਹ ਲਿਆਉਣ ਵਾਸਤੇ ਤਿਆਰ ਹੋਈ ਜਾ ਰਹੇ ਹਾਂ, ਸਮਾਨ ਪਰਚੇਜ਼ ਕਰੀ ਜਾਂਦੇ ਹਾਂ ਲਿਆਉਣ ਵਾਸਤੇ, ਅਤੇ ਇਹਨਾਂ ਦਾ ਫੋਨ ਆ ਗਿਆ ਜੀ ਸਾਡੇ ਮੁੰਡੇ ਨੇ ਨਾ ਕਰਤੀ। ਸਾਨੂੰ ਨਹੀਂ ਇਹ ਪਤਾ ਲੱਗਿਆ ਵੀ ਇਹਨਾਂ ਨੇ ਕਿਸ ਗੱਲੋਂ ਸਾਨੂੰ ਨਾ ਕੀਤੀ ਹੈ, ਇਹਦੇ ਮਨ 'ਚ ਕੀ ਤੋੜ ਹੈ, ਦਾਜ ਮੰਗਦੇ ਆ ਕੀ ਮਤ, ਸਾਨੂੰ ਨਹੀਂ ਪਤਾ ਇਹਦੇ ਬਾਰੇ। ਸਾਡੀ ਇਹ ਜੱਜਮੈਂਟ ਹੈ ਵੀ ਇਹਨਾਂ ਨੂੰ ਕੋਈ ਰਸਤਾ ਹੋਰ ਆ ਗਿਆ। ਹਾਂਜੀ ਬਿਲਕੁਲ ਹੋਈ ਹੈ ਜੀ, 5 ਲੱਖ ਦੀ ਗੱਲ ਹੋਈ ਸੀ ਮੇਰੀ, 5 ਲੱਖ ਲਾਵਾਂਗੇ। ਕੁੜੀ ਦੀ ਹਾਈਟ 5 ਫੁੱਟ ਹੈ ਸਾਡੀ, ਇਹਨਾਂ ਨੂੰ 5 ਫੁੱਟ ਗਿਆ 11 ਇੰਚ ਵਿਚੋਲੇ ਨੇ ਹਾਈਟ ਦੱਸੀ ਹੈ। ਕੁੜੀ ਦੀ ਸਾਡੀ ਹੈ 4 ਫੁੱਟ 11 ਇੰਚ, ਮੈਂ ਅੱਜ ਵੀ ਉਹਦਾ ਦੇਣਦਾਰ ਹਾਂ। ਵਿਚੋਲਾ ਮੇਰੇ ਸਾਲੀ ਦੀ ਕੁੜੀ ਹੈ, ਇਹਦਾ ਟੈਣੀ ਮੁੰਡਾ, ਟੈਣੀ ਮੁੰਡਾ ਜੀ, ਮੁੰਡਾ ਇਹਦਾ ਭਤੀਜਾ ਮਾਸਟਰ ਸ਼ਾਮ ਲਾਲ, ਭਤੀਜਾ ਮਾਸਟਰ ਸ਼ਾਮ ਲਾਲ ਭਤੀਜਾ ਜੀ, ਤਪਾ ਮੰਡੀ ਤੋਂ ਜਾਟ ਟੀਵੀ ਨਿਊਜ਼ ਦੇ ਲਈ ਨਰੇਸ਼ ਗਰਗ ਦੇ ਨਾਲ ਸੁਰਿੰਦਰ ਕੁਮਾਰ ਬਬਲੀ ਦੀ ਰਿਪੋਰਟ।